ਮਸੀਹ ਭਾਈਚਾਰੇ ਦੇ ਕੁਝ ਲੋਕ ਕੁਝ ਆਗੂ ਇੱਥੇ ਜੋਗਿੰਦਰ ਸਿੰਘ ਸਲਾਰੀਆ ਜੀ ਜੋ ਪੀਸੀਟੀ ਹਿਊਮਨਿਟੀ ਦੇ ਫਾਊਂਡਰ ਨੇ ਉਹਨਾਂ ਨੂੰ ਉਹਨਾਂ ਦੇ ਗ੍ਰੈਂਡ ਨਿਵਾਸ ਦੇ ਵਿੱਚ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆ ਜਿਹੜੇ ਪੀਸੀਟੀ ਹਿਊਮਨਿਟੀ ਦੁਆਰਾ ਕੰਮ ਕੀਤੇ ਗਏ ਨੇ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਨੇ ਜੋ ਵੀ 크੍ਰਿਸਚੀਅਨ ਭਾਈ ਚਰੇ ਵਾਸਤੇ ਜੋ ਮੰਨ ਲਓ ਦੂਸਰੀਆਂ ਜਾਤੀਆਂ ਤੋਂ ਉੱਤੇ ਪਰ ਉੱਠ ਕੇ ਉਹਨਾਂ ਵਾਸਤੇ ਕੰਮ ਕਰ ਰਹੇ ਸਨ ਬਹੁਤ ਵਧੀਆ ਲੱਗਾ ਇਸੇ ਕਰਕੇ ਉਹਨਾਂ ਨੂੰ ਮਿਲਣਾ ਹੈ। ਮਨਮਤਾ ਤੋਂ ਪੂਰੀ ਮਨਮਤਾ ਦਾ ਕੰਮ ਕਰਦੀ ਨਹੀਂ ਨਾ ਮਤੋਂ ਉੱਪਰ ਉੱਠ ਕੇ ਇਹ ਇਹ ਮੈਂ ਤੇ ਇਦਾਂ ਕਹਿੰਦੇ ਤਾਂ ਬੁੱਧ ਨੇ ਕਿਹਾ ਨਾ ਸਭ ਹਤਾਏ ਸਰਵਸਕਾਇ ਦੀ ਗੱਲ ਕਰਦੀ ਹੈ। ਅਸੀਂ ਸੋਚ ਰੱਖ ਕੇ ਅੱਗੇ ਵਧ ਰਿਹਾ ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਆਪਣੇ ਧਰਮ ਦੇ ਵਿੱਚ ਕੀ ਕੋਈ ਸਾਡੀਆਂ ਜਿਹੜੀਆਂ ਖਾਮੀਆਂ ਜਿਹੜੇ ਅਸੀਂ ਆਪਣੇ ਧਰਮਾਂ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਸੋਚ ਕੇ ਇਹ ਗੱਲ ਸੋਚਦੇ ਹਾਂ ਕਿ ਸਾਡੇ ਧਰਮ ਦੇ ਵਿੱਚੋਂ ਜਿਹੜੇ ਸਾਡੇ ਪਿਆਰੇ ਵੀਰ ਉਹ ਵਿਛੜਦੇ ਜਾਂਦੇ ਹੈਗੇ ਆ ਜਾਂ ਦੂਸਰੇ ਧਰਮਾਂ ਨੂੰ ਅਪਣਾ ਰਹੇ ਆ ਕੁਝ ਨਾ ਕੁਝ ਸਾਡੇ ਚ ਕਮੀ ਆ ਉਹ ਸਾਨੂੰ ਸੋਚਣ ਦੀ ਜ਼ਰੂਰਤ ਹੈ ਆਪਸੀ ਭਿੰਨ ਭੇਦ ਨੂੰ ਮਿਟਾ ਕੇ ਔਰ ਕਿਸ ਤਰ੍ਹਾਂ ਅਸੀਂ ਇੱਕ ਮਾਨਤਾ ਦੀ ਭਲਾਈ ਲਈ ਇੱਕ ਜੁਟਤਾ ਲਈ ਖਾਸ ਕਰਕੇ ਇਹ ਦੇਸ਼ ਜਿਹੜਾ ਕਿ ਚਾਰ ਧਰਮਾਂ ਦੇ ਪਿੱਲਰਾਂ ਦੇ ਉੱਤੇ ਖੜਾ ਹੈਗਾ ਔਰ ਕੋਈ ਧਰਮ ਵੀ ਇਹਦਾ ਕਮਜ਼ੋਰ ਨਾ ਦੇ ਸੇਕ ਦੂਸਰੇ ਦੇ ਵਿੱਚ ਸਾਨੂੰ ਮਜ਼ਬੂਤੀ ਦਿਖਾਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਅਸੀਂ ਗੁਲਾਮ ਨਹੀਂ ਹੈਗੇ ਕਿਉਂਕਿ ਅਸੀਂ ਆਜ਼ਾਦ ਆਸੀਂ ਹਰ ਧਰਮ ਦਾ ਕੋਈ ਵੀ ਸੱਜਣ ਇੱਥੇ ਬੜੇ ਖੁੱਲੇ ਦਿਲ ਨਾਲ ਆਪਣੀ ਆਵਾਜ਼ ਰੱਖ ਸਕਦਾ ਹੈ ਇੱਕ ਸੈਕੂਲਰ ਕੰਟਰੀ ਹੈਗੀ ਆ ਸੈਕੂਲਰ ਸੋਚ ਲੈ ਕੇ ਚੱਲਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਸਿਕਾ ਜੀ ਕੇਆਰਟੀ ਨਿਊਜ਼ ਦੇਖ ਰਹੇ ਹੋ ਤੇ ਮੈਂ ਹਾਂ ਰਾਜੇਸ਼ ਆਲੂਣਾ ਨਵੇਂ ਤੋਂ ਨਵੇਂ ਮੁੱਦਿਆਂ ਦੇ ਨਾਲ ਉਹ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਨੂੰ ਰੋਬਰੂ ਕਰਵਾਉਂਦੇ ਰਹਿੰਦੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਸੋ ਦੱਸ ਦਈਏ ਕਿ ਪੀਸੀਟੀ ਕਮਿਊਨਿਟੀ ਪੀਸੀਟੀ ਕਮਿਊਨਿਟੀ ਇੱਕ ਐਸੀ ਜਿਹੜੀ ਟਰਸਟ ਜਿਹੜੀ ਇੱਕ ਸਮਾਜ ਸੇਵਾ ਦੀ ਜਿਹੜੀ ਸੰਸਥਾ ਹੈ ਉਹ ਜਿਹੜੀ ਆ ਲੋਕਾਂ ਦੀ ਭਲਾਈ ਦੇ ਜਿਹੜੇ ਕੰਮ ਕਰਦੀ ਆ ਤਾਂ ਅੱਜ ਮੁਸੀਬਾਈ ਚਾਰੇ ਦੇ ਕੁਝ ਲੋਕ ਕੁਝ ਆਗੂ ਇਥੇ ਜੋਗਿੰਦਰ ਸਿੰਘ ਸਲਾਰੀਆ ਜੀ ਜੋ ਪੀਸੀਟੀ ਹਿਊਮਨਿਟੀ ਦੇ ਫਾਊਂਡਰ ਨੇ ਉਹਨਾਂ ਨੂੰ ਉਹਨਾਂ ਦੇ ਗ੍ਰੈਂਡ ਨਿਵਾਸ ਦੇ ਵਿੱਚ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਪੀਸੀਟੀ ਹਿਊਮਨਿਟੀ ਦੁਆਰਾ ਕੰਮ ਕੀਤੇ ਗਏ ਨੇ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਈਆਂ ਜਾਣ ਕਿ ਸਨਮਾਨਤ ਜਿਹੜਾ ਉਹ ਕੀਤਾ ਗਿਆ ਹੈ ਜੋ ਪੀਸੀਟੀ ਹਿਊਮਨਿਟੀ ਦੇ ਫਾਊਂਡਰ ਨੇ ਜੁਗਿੰਦਰ ਸਿੰਘ ਸਲਾਰੀਆ ਜੀ ਉਹਨਾਂ ਨੂੰ ਕਿਟਸ ਦੇ ਕੇ ਜਿਹੜਾ ਪੀਸੀਟੀ ਹਿਊਮਨਿਟੀ ਦੀਆਂ ਸਮਾਨਤ ਕੀਤਾ ਗਿਆ ਤਾਂ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਮਸੀਹ ਆਗੂ ਜਿਹੜੇ ਨੇ ਉਹ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗ੍ਰੀਫਨ ਹੈ ਗ੍ਰੀਫਨ ਜੀ ਕਿਹੜੇ ਪਿੰਡ ਤੋਂ ਮੇਰਾ ਸੇਖਾ ਪਿੰਡ ਹੈ ਜੀ ਸੇਖਾ ਸੇਖਾ ਕਿਹੜੇ ਡਿਸਟ੍ਰਿਕਟ ਚ ਹੈ ਜੀ ਜਿਰਾ ਗੁਰਦਾਸਪੁਰ ਗੁਰਦਾਸਪੁਰ ਬਰਾਂਗਾਰ ਰੋਡ ਤੇ ਅੱਜ ਸਲਾਰੀਆ ਸਾਹਿਬ ਦੇ ਗ੍ਰੈਂਡ ਨਿਵਾਸ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਔ ਜੋ ਵੀ 크੍ਰਿਸਚੀਅਨ ਭਾਈ ਚਾਰੇ ਵਾਸਤੇ ਜੋ ਮੰਨ ਲਓ ਦੂਸਰੀਆਂ ਜਾਤੀਆਂ ਤੋਂ ਉੱਤੇ ਉੱਪਰ ਉੱਠ ਕੇ ਉਹਨਾਂ ਵਾਸਤੇ ਕੰਮ ਕਰ ਰਹੇ ਸਾਨੂੰ ਬਹੁਤ ਵਧੀਆ ਲੱਗਾ ਇਸੇ ਕਰਕੇ ਉਹਨਾਂ ਨੂੰ ਮਿਲਣਾ ਹੈ ਜੀ ਕਿੱਦਾਂ ਕਿੱਦਾਂ ਦਾ ਮਾਣ ਮਹਿਸੂਸ ਹੋਇਆ ਕਿ ਸਾਡੇ ਏਰੀਆ ਦੇ ਵਿੱਚ ਸਾਡੇ ਨਜ਼ਦੀਕੀ ਏਰੀਆ ਦਾ ਵਿੱਚ ਜਿਹੜੇ ਇਦਾਂ ਦੇ ਮਹਾਨ ਸ਼ਖਸ ਮੌਜੂਦ ਹੈ ਜਿਨ੍ਹਾਂ ਨੇ ਜਾਤਾਂ ਪਾਤਾਂ ਤੋਂ ਉੱਤੇ ਉੱਠ ਕੇ ਜਿਹੜਾ ਹੈ ਉਹ ਹਰ ਜਿਹੜਾ ਜਾਤ ਪਾਤ ਦਾ ਸਨਮਾਨ ਕਰਕੇ ਜਿਹੜਾ ਹੈ ਔਰ ਇਸ ਮੁਕਾਮ ਤੱਕ ਜਿਹੜੇ ਪਹੁੰਚੇ ਨੇ ਕਿੱਦਾਂ ਦਾ ਸੰਦੇਸ਼ ਜਾਂਦਾ ਲੋਕਾਂ ਨੂੰ ਨਹੀਂ ਐ ਇਹ ਇਹ ਕਿੰਨੇ ਆ ਕਿ ਜਿਸ ਤਰ੍ਹਾਂ ਇਹ ਕਰ ਰਹੇ ਨੇ ਸਾਰੇ ਕਰਨ ਤੇ ਸਾਡਾ ਇੱਕ ਦੇਸ਼ ਜਿਹੜਾ ਸਭ ਤੋਂ ਯਾਨੀ ਕਿ ਨੰਬਰ 1 ਤੇ ਹੋ ਸਕਦਾ ਜੀ ਕਿਉਂਕਿ ਅਸੀਂ ਇਹਨਾਂ ਨੂੰ ਮਿਲੇ ਅੱਜ ਸਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਕਿਉਂਕਿ ਇਹਨਾਂ ਦਾ ਸਾਡ ਨਾਲ ਗੱਲਬਾਤ ਕਰਨਾ ਜੋ ਇਹਨਾਂ ਨੇ ਕੰਮ ਕੀਤੇ ਨੇ ਬਹੁਤ ਵਧੀਆ ਲੱਗੇ ਸਾਨੂੰ ਹਾਂਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਮਿਲਣ ਆਏ ਹੋ ਤਾਂ ਡਾਕਟਰ ਸਾਹਿਬ ਤੁਸੀਂ ਉਚੇਚੇ ਤੌਰ ਤੇ ਨਾਲ ਆਏ ਹੋ ਇਹਨਾਂ ਦੇ ਔਰ ਇੱਕ ਮੋਦਵਾਰ ਬੰਦੇ ਵੀ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜੁਗਿੰਦਰ ਸਿੰਘ ਸਲਾਰੀਆ ਜੀ ਨਾਲ ਜਿਹੜੀ ਮੁਲਾਕਾਤ ਹੋਈ ਅੱਜ ਅਲੂਨਾ ਸਾਹਿਬ ਸੇ ਕੇਆਰਟੀ ਚੈਨਲ ਤੁਹਾਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਅਸੀਂ ਰੋਡ ਜਮਲ ਸਿੰਘ ਜੀ ਸੇ ਜੁਗਿੰਦਰ ਪਾਲ ਸਿੰਘ ਸਲਾਰੀਆ ਜੀ ਇਹਨਾਂ ਬਾਰੇ ਤੁਸੀਂ ਗੱਲਬਾਤ ਕੀਤੀ ਬਹੁਤ ਸਾਨੂੰ ਬਹੁਤ ਵਧੀਆ ਲੱਗੀ ਕਿ ਜੁਗਿੰਦਰ ਸਲਾਰੀਆ ਜੀ ਇਸ ਤਰ੍ਹਾਂ ਦਾ ਕੰਮ ਕਰਦਿਏ ਨੇ ਜਿਹੜੀ ਮਾਨਮਤਾ ਤੋਂ ਪੂਰੀ ਮਨਪਰਦਾ ਦਾ ਕੰਮ ਕਰਦੇ ਨੇ ਧਰਮਾਂ ਤੋਂ ਉੱਪਰ ਉੱਠ ਕੇ ਇਹ ਇਹ ਮੈਂ ਤੇ ਇਦਾਂ ਕਹਿੰਦਾ ਇਹ ਤਾਂ ਬੁੱਧ ਨੇ ਕਿਹਾ ਨਾ ਸਰਬ ਹਿਤਾਏ ਸਰਵਸ ਕਾਇਦੀ ਗੱਲ ਕਰਦੀ ਹੈ ਨਾ ਕਿ Hindu Sikh Muslim ਕਿ ਧਰਮ ਦੀ ਗੱਲ ਨਹੀਂ ਕਰਦੇ ਇਹ ਧਰਮ ਤੋਂ ਉੱਠ ਕੇ ਇਹਨਾਂ ਗੱਲ ਕਰਦੇ ਨੇ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਇਸ ਕਰਕੇ ਅਸੀਂ ਇਹ ਸਾਬ ਉਹਨਾਂ ਨੂੰ ਮਿਲਣ ਆਇਆ ਤੇ ਬਹੁਤ ਖੁਸ਼ੀ ਆਣਾ ਮਿਲ ਕੇ ਕਿੰਦਾ ਦਾ ਮਾਣ ਮਹਿਸੂਸ ਹੁੰਦਾ ਜਦੋਂ ਅਸੀਂ ਅਸੀਂ ਨਿਊਜ਼ਾਂ ਦੇ ਵਿੱਚ ਦੇਖਦੇ ਹਾਂ ਸੋਸ਼ਲ ਮੀਡੀਆ ਦੇਖਦੇ ਹਾਂ ਕਿ ਅ ਮਤਲਬ ਇਮਿਊਨਿਟੀ ਦੀ ਗੱਲ ਕੀਤੀ ਜਾਂਦੀ ਹੈ ਪਰ ਅੱਜ ਇੱਕ ਪਿਓਰ ਬੰਦੇ ਨੂੰ ਤੁਸੀਂ ਮਿਲੇ ਉਹਨਾਂ ਦੇ ਘਰ ਆ ਕੇ ਬਿਜ਼ਨਸ ਹੈ ਨਾਲ ਦਾ ਦੁਬਈ ਦੇ ਵਿੱਚ ਔਰ ਅਨੇਕਾਂ ਇੱਦਾਂ ਦੇ ਕੰਮ ਨੇ ਜਿਹੜੇ ਮਾਨਵਤਾ ਦੇ ਇਹਨਾਂ ਵੱਲੋਂ ਕੀਤੇ ਗਏ ਨੇ ਪੀਸੀਟੀ ਇਮਿਊਨਿਟੀ ਵੱਲੋਂ ਅੱਜ ਤੁਸੀਂ ਮਿਲਣ ਆਇਓ ਕਿੱਦਾਂ ਦਾ ਮਾਣ ਮਹਿਸੂਸ ਹੁੰਦਾ ਸਰ ਮੈਨੂੰ ਸਾਨੂੰ ਤੇ ਬਹੁਤ ਵਧੀਆ ਲੱਗਾ ਇਹ ਪਹਿਲੀ ਵਾਰ ਹੈ ਉਹਦੇ ਸੈਕਸਮਾਂ ਵਿੱਚ ਦੇਖਿਆ ਜਿਹੜੇ ਕਿ ਧਰਮ ਤੋਂ ਉੱਤੇ ਉੱਠ ਕੇ ਜੋ ਮਾਨਵਤਾ ਦਾ ਕੰਮ ਕਰਦੇ ਆ ਤੇ ਧਰਮ ਤੋਂ ਉੱਟ ਕੇ ਨਹੀਂ ਤੇ ਅੱਜ ਕੱਲ ਧਰਮਾਂ ਵਿੱਚ ਸਾਰੇ ਫਸੇ ਪਏ ਨੇ ਸਿੱਖ ਵੀ ਫਸੇ ਪਏ ਆ ਕ੍ਰਿਸ਼ਚਨ ਵੀ ਫਸੇ ਪਏ ਆ ਹਿੰਦੂ ਵੀ ਫਸੇ ਪਏ ਆ ਜਿਹੜੇ ਵੀ ਧਰਮ ਹੈਗਾ ਸਾਰੇ ਫਸੇ ਪਏ ਆ ਧਰਮਾਂ ਤੋਂ ਉੱਪਰ ਉੱਠ ਕੇ ਗੱਲ ਕਰਦੇ ਨੇ ਔਰ ਮਾਨਵਤਾ ਲਈ ਕੰਮ ਕਰਦੇ ਨੇ ਮੈਂ ਤੇ ਹੁਣੇ ਸੁਣਿਆ ਕਿ ਇਹਨਾਂ ਪਾਕਿਸਤਾਨ ਅਫਗਾਨਿਸਤਾਨ ਵਿੱਚ ਇੱਕ ਗੁਰਦੁਆਰਾ ਢਾਇਆ ਗਿਆ ਸੀਗਾ ਤੇ ਇਹਨਾਂ ਨੇ ਸਪੈਸ਼ਲ ਉੱਥੇ ਆਨ ਕੇ ਉਹ ਗੁਰਦੁਆਰੀ ਅਵਸਾਰੀ ਕੀਤੀ ਤੇ ਕਿਲੋਮੀਟਰਾਂ ਤੇ ਇਹਨਾਂ ਦੇ ਲੰਗਰ ਦੀਆਂ ਕਤਾਰਾਂ ਲਗਾਈਆਂ ਉੱਥੇ ਸਰ ਤੇ ਆਪਾਂ ਬਹੁਤ ਮਾਣ ਮਹਿਸੂਸ ਕਰਦਾ ਇਹਨਾਂ ਨੂੰ ਮਿਲ ਕੇ ਅਸੀਂ ਦੁਬਾਰਾ ਇਹਨਾਂ ਨੂੰ ਮਿਲਾਂਗੇ ਸੋ ਇਹ ਇਹ ਕੁਝ ਸ਼ਖਸਾਂ ਜਿਹੜਾ ਤੁਹਾਨੂੰ ਮਿਲਾਇਆ ਤਾਂ ਗੱਲ ਕਰ ਲੈਣੇ ਆ ਪੀਸੀਟੀ ਕਮਿਊਨਿਟੀ ਦੇ ਜਿਹੜੇ ਫਾਊਂਡਰ ਨੇ ਸਾਡੇ ਨਾਲ ਜੁਗਿੰਦਰ ਸਿੰਘ ਸਲਾਰੇ ਜੀ ਮੌਜੂਦ ਹੈ ਉਹਨਾਂ ਨੂੰ ਕਿੱਦਾਂ ਦਾ ਜਿਹੜਾ ਇਸ ਟਾਈਮ ਤੇ ਲੱਗਦਾ ਪਿਆ ਕਿ ਉਹਨਾਂ ਦੇ ਘਰ ਨਿਵਾਸ ਦੇ ਵਿੱਚ ਜਿਹੜਾ ਇਹ ਲੋਕ ਜਿਹਨਾਂ ਨੂੰ ਮਿਲਣਾ ਹੈ ਭਾਈ ਸਵਾਗਤ ਹੈ ਚੈਨਲ ਬਹੁਤ ਬਹੁਤ ਮਿਹਰਬਾਨੀ ਕੇ ਆਰਟੀ ਚੈਨਲ ਦਾ ਮੈਂ ਹਮੇਸ਼ਾ ਤਹਿ ਦਿਲੋਂ ਧੰਨਵਾਦ ਕਰਦਾ ਹੈਗਾ ਕਿ ਜਿਹੜਾ ਉਹ ਹਮੇਸ਼ਾ ਇਨਸਾਨੀਅਤ ਦੀ ਗੱਲ ਕਰਦੇ ਹੈਗੇ ਆ ਸੋ ਇਹ ਵੀਰ ਜੋ ਅੱਜ ਮੇਰੇ ਗ੍ਰਹਿ ਪਿੰਡ ਖਿਆਲਾ ਵਿਖੇ ਆਏ ਹੈਗੇ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੇ ਆ ਕੇ ਜੋ ਵੀ ਆਪਣੀਆਂ ਮੁਸ਼ਕਲਾਂ ਉਹ ਦਸੀਆਂ ਹੈਗੀਆਂ ਮੈਂ ਇਹੋ ਹੀ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਮ ਰਹੀਂ ਕਿ ਹਮੇਸ਼ਾ ਸਾਡੇ ਗੁਰੂਆਂ ਨੇ ਸਾਨੂੰ ਇੱਕ ਹੀ ਵਾਕ ਦਿੱਤਾ ਹੈਗਾ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਵੋ ਕਿ ਮਨੁੱਖ ਦੀ ਜਿਹੜੀ ਜਾਤ ਹੈਗੀ ਆ ਉਹ ਇਨਸਾਨੀਅਤ ਹੈਗੀ ਆ ਸਾਨੂੰ ਇਨਸਾਨੀਅਤ ਦੇ ਨਾਲ ਖੜਨਾ ਚਾਹੀਦਾ ਹੈ ਧਰਮ ਸਭ ਤੋਂ ਵੱਡਾ ਇਨਸਾਨੀਅਤ ਹੈਗਾ ਸੋ ਇਨਸਾਨੀਅਤ ਸਰਵੋਪਰੀਏ ਸੋ ਅਸੀਂ ਉਦੋਂ ਹੀ ਮਹਫੂਜ਼ ਆ ਜਦੋਂ ਅਸੀਂ ਦੂਸਰੇ ਦੇ ਧਰਮ ਦੀ ਰਾਖੀ ਕਰਾਂਗੇ ਕਿਉਂਕਿ ਸਾਡੇ ਗੁਰੂਆਂ ਨੇ ਦੂਸਰੇ ਧਰਮਾਂ ਦੀ ਰਾਖੀ ਵਾਸਤੇ ਦੂਸਰੇ ਧਰਮਾਂ ਦੀ ਸਾਂਭ ਸੰਭਾਲ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਔਰ ਅਸੀਂ ਚਾਹਦੇ ਆ ਕਿ ਅਗਰ ਕੋਈ ਧਰਮ ਕਿਸੇ ਪਿਆਰ ਔਰ ਮਜਸਮੇ ਦੇ ਨਾਲ ਲੈ ਕੇ ਅਸੀਂ ਸੋਚ ਲੈ ਕੇ ਚੱਲਦਾ ਹੈ ਕਿ ਜਿਨ੍ਹਾਂ ਦੇ ਕਰਕੇ ਕੋਈ ਉਸ ਧਰਮ ਦੇ ਵਿੱਚ ਪਰ ਫੁੱਲਤਾ ਹੋ ਰਹੀ ਹੈ ਔਰ ਸਾਨੂੰ ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਕਿ ਉਹ ਕੋਈ ਡਾਂਗਾ ਛੋਟਿਆਂ ਜਾਂ ਗੰਡਾਸੀਆਂ ਦੇ ਨਾਲ ਨਾ ਹੁੰਦਾ ਹੋਇਆ ਉਹ ਪਿਆਰ ਦੀ ਅਗਰ ਕੋਈ ਐਸੀ ਸੋਚ ਰੱਖ ਕੇ ਅੱਗੇ ਵੱਧ ਰਿਹਾ ਸਾਨੂੰ ਇਹ ਚੀਜ਼ ਦੇਖਣੀ ਚਾਹੀਦੀ ਆਪਣੇ ਧਰਮਥਲ ਦੇ ਵਿੱਚ ਕੀ ਕੋਈ ਸਾਡੀਆਂ ਜਿਹੜੀਆਂ ਖਾਮੀਆਂ ਜਿਹੜੇ ਅਸੀਂ ਆਪਣੇ ਧਰਮਾਂ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਸੋਚ ਕੇ ਇਹ ਗੱਲ ਸੋਚਦੇ ਆਂ ਕਿ ਸਾਡੇ ਧਰਮਾਂ ਦੇ ਵਿੱਚੋਂ ਜਿਹੜੇ ਸਾਡੇ ਪਿਆਰੇ ਵੀਰ ਉਹ ਵਿਛੜਦੇ ਜਾਂਦੇ ਹੈਗੇ ਆ ਜਾਂ ਦੂਸਰੇ ਧਰਮਾਂ ਨੂੰ ਅਪਣਾ ਰਹੇ ਆ ਕੁਛ ਨਾ ਕੁਛ ਸਾਡੇ ਚ ਕਮੀ ਆ ਉਹ ਸਾਨੂੰ ਸੋਚਣ ਦੀ ਜ਼ਰੂਰਤ ਹੈ ਅੱਜ ਦੇ ਸਮੇਂ 'ਚ ਭਾਜੀ ਪੀਸੀਟੀ ਕਮਿਊਨਿਟੀ ਹਮੇਸ਼ਾ ਜਿਹੜਾ ਜਾਤ ਪਾਤ ਦਾ ਤੋਂ ਉੱਟ ਕੇ ਜਿਹੜਾ ਕੰਮ ਕਰਦੀ ਆ ਔਰ ਹਰੇਕ ਧਰਮ ਨੂੰ ਆਪਣੇ ਨਾਲ ਲੈ ਕੇ ਚਲਦੀ ਆ ਔਰ ਸਨਮਾਨ ਕਰਦੀ ਆ ਅੱਜ ਮੁਸੀਬਾ ਹੀ ਚਾਰਾ ਪਹੁੰਚਿਆ ਪਿੰਡ ਖਿਆਲਾ ਦੇ ਵਿੱਚ ਤਾਂ ਸੇਖਾ ਪਿੰਡ ਤੋਂ ਆਏ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚੋਂ ਉਹਨਾਂ ਨੇ ਦੱਸਿਆ ਕਿ ਕਮਾਂ ਤੋਂ ਪ੍ਰੇਰਿਤ ਹੋ ਕੇ ਆਏ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਤਾਂ ਅੱਜ ਮਿਲਣ ਦਾ ਦਿਲ ਸੀ ਔਰ ਤੁਹਾਨੂੰ ਮਿਲਣਾ ਹੈ ਕਿਦਾਂ ਦਾ ਮਾਣ ਮਸਤੀ ਦੇਖੋ ਮੈਂ ਇਹ ਘਰ ਮੈਂ ਕੰਨਾ ਕਿ 24 ਘੰਟੇ ਖੁੱਲਾ ਹੈ ਹਰ ਧਰਮ ਦੇ ਕਿਸੇ ਵੀ ਸਤਿਕਾਰਯੋਗ ਵੀਰ ਦਾ ਜੋ ਕਿ ਸਮਾਜ ਭਲਾਈ ਦਾ ਕੰਮ ਕਰਦਾ ਹੈਗਾ ਮੈਨੂੰ ਖੁਸ਼ੀ ਹੈ ਕਿ ਇਹ ਆਏ ਆ ਇਹ ਮੈਨੂੰ ਅਗਰ ਬੁਲਾਉਂਦੇ ਮੈਂ ਖੁਦ ਉੱਥੇ ਵੀ ਜਾ ਸਕਦਾ ਸੀਗਾ ਕੋਈ ਐਸੀ ਗੱਲ ਨਹੀਂ ਲੇਕਿਨ ਮੈਂ ਸਿਰਫ ਇਹ ਗੱਲ ਜ਼ਰੂਰ ਕਹਿਣਾ ਚਾਹਣਾ ਹੈਗਾ ਕਿ ਆਪਸੀ ਭਿੰਨ ਭੇਦ ਨੂੰ ਮਿਟਾ ਕੇ ਔਰ ਕਿਸ ਤਰ੍ਹਾਂ ਅਸੀਂ ਇੱਕ ਮਾਨਵਤਾ ਦੀ ਭਲਾਈ ਲਈ ਇੱਕ ਜੁਟਤਾ ਲਈ ਖਾਸ ਕਰਕੇ ਇਹ ਦੇਸ਼ ਜਿਹੜਾ ਕਿ ਚਾਰ ਧਰਮਾਂ ਦੇ ਪਿੱਲਰਾਂ ਦੇ ਉੱਤੇ ਖੜਾ ਹੈਗਾ ਔਰ ਕੋਈ ਧਰਮ ਵੀ ਇਹਦਾ ਕਮਜ਼ੋਰ ਨਾ ਦੇ ਸੇਕ ਦੂਸਰੇ ਦੇ ਵਿੱਚ ਸਾਨੂੰ ਮਜ਼ਬੂਤੀ ਦਿਖਾਣੀ ਚਾਹੀਦੀ ਹੈ ਮਿਲ ਜੁਲ ਕੇ ਰਹਿਣਾ ਚਾਹੀਦਾ ਕੋਈ ਧਰਮ ਦਾ ਸਬ ਖੇੜਾ ਨਹੀਂ ਪੈਦਾ ਕਰਨਾ ਚਾਹੀਦਾ ਜਿਹਦੇ ਵਿੱਚ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਸਮਝੇ ਇਸ ਕਰਕੇ ਭਾਰਤ ਦੇ ਵਿੱਚ ਕੁਝ ਸਾਡੀਆਂ ਐਸੀਆਂ ਸੋਚਾਂ ਕਿ ਅਸੀਂ ਗੁਲਾਮ ਆ ਮੈਨੂੰ ਲੱਗਦਾ ਕਿ ਅਸੀਂ ਗੁਲਾਮ ਨਹੀਂ ਹੈਗੇ ਕਿਉਂਕਿ ਅਸੀਂ ਆਜ਼ਾਦ ਆ ਅਸੀਂ ਹਰ ਧਰਮ ਦਾ ਕੋਈ ਵੀ ਸੱਜਣ ਇੱਥੇ ਬੜੇ ਖੁੱਲੇ ਦਿਲ ਨਾਲ ਆਪਣੀ ਆਵਾਜ਼ ਰੱਖ ਸਕਦਾ ਏਕ ਸੈਕੂਲਰ ਕੰਟਰੀ ਹੈਗੀ ਆ ਸੈਕੂਲਰ ਸੋਚ ਲੈ ਕੇ ਚੱਲਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਔਰ ਇਹ ਕਦੀ ਵੀ ਐਸੀ ਗੱਲ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਅਸੀਂ ਇਸ ਜਿਹੜਾ ਮੁਲਕ ਆ ਭਾਰਤ ਕਿ ਇਹਦੇ ਵਿੱਚ ਅਸੁਰੱਖਿਅਤ ਹੈਗੇ ਆ ਕਿਉਂਕਿ ਹਰ ਇੱਕ ਨੂੰ ਫਰੀडम ਆਫ ਸਪੀਚ ਦੀ ਪੂਰੀ ਰਾਈਟਸ ਦਿੱਤੀ ਹੋਈ ਹੈ ਸੰਵਿਧਾਨ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ ਜੋ ਸਾਡਾ ਸੰਵਿਧਾਨ ਸਾਨੂੰ ਕਹਿੰਦਾ ਹੈਗਾ ਕਿ ਕਿਉਂਕਿ ਅਸੀਂ ਕਦੀ ਵੀ ਇਹ ਨਹੀਂ ਸੋਚੀਏ ਇਹ ਨਾ ਵਿਚਾਰ ਕਰੀਏ ਕਿ ਅਸੀਂ ਇੱਥੇ ਅਸੁਰੱਖਿਅਤ ਹੈਗੇ ਆ ਪਾਜੀ ਦੁਬਈ ਦੇ ਵਿੱਚ ਕਾਰੋਬਾਰ ਹੈ ਦੁਬਈ ਦੇ ਵਿੱਚ ਰਹਿੰਦੇ ਹੋ ਪੰਜਾਬ ਦਾ ਜਿਹੜਾ ਦਰਦ ਰੱਖਦੇ ਹੋ ਤਾ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਇਥੇ ਕਿ ਜਿਸ ਤਰ੍ਹਾਂ ਇੱਕ ਬੰਦਾ ਕੋਈ ਕੰਮ ਕਰਦਾ ਹੈ ਤਾਂ ਸ਼ਾਮ ਨੂੰ ਜਾ ਕੇ ਆਪਣੇ ਘਰ ਦੇ ਵਿੱਚ ਆਰਾਮ ਕਰਦਾ ਹੈ ਤੁਸੀਂ ਆਰਾਮ ਕਰਨ ਦੇ ਲਈ ਪੰਜਾਬ ਦੇ ਵਿੱਚ ਮਤਲਬ ਛੁੱਟੀ ਕਰਕੇ ਆਉਂਦੇ ਹੋ ਇਥੇ ਪਰ ਫਿਰ ਵੀ ਰੁਝੇਵਿਆਂ ਦੇ ਵਿੱਚ ਫਸੇ ਹੁੰਦੇ ਹੋ ਪੰਜਾਬ ਦਾ ਸੋਚਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੇਰਾ ਦੇਖੋ ਮੈਂ ਫਿਰ ਵੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਮੈਂ ਇਹਨਾਂ ਪਿੰਡਾਂ ਦੇ ਵਿੱਚੋਂ ਗਿਆ ਹੋਇਆ ਔਰ ਸਾਡੇ ਕਹਿੰਦੇ ਆ ਕਿ ਆਰਾਮ ਹੈ ਹਰਾਮ ਸੋ ਆਰਾਮ ਕੀ ਕਰਨਾ ਇਹ ਕੁਝ ਲੋਕ ਮੈਨੂੰ ਬੜਾ ਉਸ ਵੇਲੇ ਅਚੰਭਾ ਲੱਗਦਾ ਜਦੋਂ ਕਹਿੰਦੇ ਕਿ ਯਾਰ ਕੀ ਕਰੀਏ ਸਾਡੇ ਕੋਲ ਟਾਈਮ ਪਾਸ ਕਰਨ ਨੂੰ ਕੋਈ ਐਸਾ ਉਹ ਸਮਾਂ ਨਹੀਂ ਸੀ ਮੈਂ ਕਹਿੰਨਾ ਟਾਈਮ ਹੈ ਹੀ ਨਹੀਂ ਇਨਸਾਨ ਕੋਲ ਸਮਾਂ ਇੰਨਾ ਬਲਵਾਨ ਹੈ ਕਿ ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਸੋ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸਮੇਂ ਦੀ ਕਦਰ ਕਰੋਗੇ ਸਮਾਂ ਤੁਹਾਡੀ ਕਦਰ ਕਰੇਗਾ ਸੋ ਸਾਨੂੰ ਸੋਚਣਾ ਚਾਹੀਦਾ ਮਿਲ ਜੁਲ ਕੇ ਰਹਿਣਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਹਾਂਗਾ ਕਿ ਮੇਰਾ ਕੋਈ ਆਰਾਮਦਾਇਕ ਇੱਥੇ ਕਰਨੀ ਹਰ ਇੱਕ ਲਈ ਇਹ ਦਰ ਖੁੱਲਿਆ ਜਦੋਂ ਮਰਜੀ ਕੋਈ ਸਵੇਰੇ ਸਾਮੀ ਰਾਤ ਨੂੰ ਕਦੀ ਵੀ ਯਾਦ ਕਰ ਸਕਦਾ ਹੈ ਪੀਸੀਟੀ ਹਿਮਨਿਟੀ ਸਭ ਦੀ ਹੈਗੀ ਆ ਮੈਂ ਸਿਰਫ ਇਹੋ ਹੀ ਕਹਿਣਾ ਚਾਹੁੰਦਾ ਕਿ ਮੈਂ ਪੀਸੀਟੀ ਹਿਮਨਿਟੀ ਦਾ ਫਾਊਂਡਰ ਆ ਔਰ ਪੀਸੀਟੀ ਹਿਮਨਿਟੀ ਜਿਨ੍ਹਾਂ ਨਾਲ ਹੋ ਨਿਪੜੀ ਆ ਜਿਨ੍ਹਾਂ ਨਾਲ ਚੱਲ ਰਹੀ ਹੈ ਜਿਨ੍ਹਾਂ ਦਾ ਸਾਰਿਆਂ ਦਾ ਸਹਿਯੋਗ ਹੈ ਮੈਂ ਫਿਰ ਵੀ ਇਹੋ ਹੀ ਗੱਲ ਕਹਾਗਾ ਕਿ ਮੈਂ ਇਸ ਪੀਸੀਟੀ ਹਿਮਨਿਟੀ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਦਾ ਮੇਰਾ ਇੱਕ ਹੀ ਸੁਨੇਹਾ ਹੈ ਕਿ ਧਰਮਾਂ ਤੋਂ ਉੱਪਰ ਉੱਠੋ ਇਨਸਾਨੀਅਤ ਨੂੰ ਜਿੰਦਾ ਰੱਖੋ ਔਰ ਸਾਡੀ ਐਸੀ ਸੋਚ ਹੋਣੀ ਚਾਹੀਦੀ ਹੈ ਕਿ ਸਾਡੇ ਲਈ ਕੋਈ ਵੀ ਕਾਸਟ ਕ੍ਰੀਡ ਕੰਟਰੀ ਕੋਈ ਮਹੱਤਤਾ ਨਹੀਂ ਦਿੰਦੀ ਸਾਡੇ ਲਈ ਸਭ ਤੋਂ ਵੱਡੀ ਹੈ ਕਿ ਇਨਸਾਨੀਅਤ ਔਰ ਇਨਸਾਨੀਅਤ ਨੂੰ ਜਿੰਦਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਹੈਗੇ। ਸੋ ਇਹ ਸੰਜਗਿੰਦਰ ਸਿੰਘ ਸਲਾਰੀਆ ਜੀ ਜੋ ਪੀਸੀਟੀ ਹਮਿਊਨਿਟੀ ਦੇ ਫਾਊਂਡਰ ਨੇ ਤਾਂ ਇੱਥੇ ਮਸੀਹ ਭਾਈਚਾਰੇ ਦੇ ਕੁਝ ਲੋਕ ਜਿਹੜੇ ਨੇ ਉਚੇਚੇ ਤੌਰ ਤੇ ਇਹਨਾਂ ਨੂੰ ਜਿਹੜਾ ਹੈ ਉਹ ਮਿਲਣ ਲਈ ਇਹਨਾਂ ਦੇ ਗ੍ਰੈਨੀਵਾਸ ਦੇ ਵਿੱਚ ਪਹੁੰਚੇ ਤੇ ਨਾ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਜਿਹੜੀ ਇਹ ਦਿਖਾਈ ਜਾਵੇ ਕਿ ਇਹ ਉਹ ਅਚੀਵਮੈਂਟ ਹੈ ਗਿਨੀ ਬੁੱਕ ਆਫ ਰਿਕਾਰਡ ਦੇ ਵਿੱਚ ਜਿਹੜਾ ਇਸ ਸੰਸਥਾ ਦਾ ਨਾਮ ਜਿਹੜਾ ਉਹ ਦਰਜ ਕੀਤਾ ਗਿਆ ਹੈ। ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਕਾਫੀ ਜਿਹੜੀਆਂ ਅਚੀਵਮੈਂਟਸ ਨੇ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਇਹ ਗ੍ਰਹਿ ਨਿਵਾਸ ਹੈ ਜੁਗਿੰਦਰ ਸਿੰਘ ਸਲਾਰੀਆ ਦਾ ਜੋ ਪੀਸੀਟੀ ਹਿਮਿਊਨਿਟੀ ਦੇ ਫਾਊਂਡਰ ਨੇ ਔਰ ਮਸੀਹ ਭਾਈਚਾਰੇ ਦੇ ਲੋਕ ਇਹਨਾਂ ਨੂੰ ਚੇਚੇ ਤੌਰ ਤੇ ਮਿਲ ਕੇ ਮਿਲਣ ਲਈ ਆਏ ਨੇ ਪਿੰਡਾਂ ਦੇ ਵਿੱਚੋਂ ਤਾਂ ਸਮਾਨਤਾ ਵੀ ਜਿਹੜਾ ਉਹ ਪੀਸੀਟੀ ਦੀਆਂ ਕਿੱਟਾਂ ਦੇ ਕੇ ਜਿਹੜਾ ਇਹਨਾਂ ਨੂੰ ਕੀਤਾ ਗਿਆ ਤਾਂ ਇੱਕੋ ਹੀ ਸੁਨੇਹਾ ਜਿਹੜਾ ਪੀਸੀਟੀ ਹਿਮਿਊਨਿਟੀ ਦੇ ਜਿਹੜੇ ਫਾਊਂਡਰ ਨੇ ਉਹਨਾਂ ਵੱਲੋਂ ਦਿੱਤਾ ਗਿਆ ਕਿ ਆਪਣੇ ਜਾਤਾਂ ਪਾਤਾਂ ਤੋਂ ਉੱਟ ਕੇ ਜਿਹੜਾ ਹੈ ਉਹ ਧਰਮਾਂ ਤੋਂ ਉੱਠ ਕੇ ਇਨਸਾਨੀਅਤ ਦਾ ਜਿਹੜਾ ਉਹ ਸਾਦ ਜਿਹੜਾ ਦਿੱਤਾ ਜਾਵੇ ਤਾਂ ਪੀਸੀਟੀ ਹਮਿਊਨਿਟੀ ਇਸ ਕਦਰ ਜਿਹੜਾ ਹੈ ਇਸ ਇਲਾਕੇ ਦੇ ਵਿੱਚ ਜੋ ਮੈਂ ਦੱਸ ਦੇਣਾ ਚਾਹੁੰਦਾ ਕਿ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਇਹ ਸ਼ਖਸ਼ ਉੱਠਦੇ ਨੇ ਕਾਰੋਬਾਰ ਕਰਦੇ ਨੇ ਔਰ ਪੀਸੀਟੀ ਹਮਿਊਨਿਟੀ ਦਾ ਨਾਮ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਜਿਹੜਾ ਪਹੁੰਚਾਉਂਦੇ ਨੇ ਗੱਲ ਅਫਗਾਨਿਸਤਾਨ ਦੀ ਹੋਵੇ ਗੱਲ ਵਿਦੇਸ਼ਾਂ ਦੇ ਵਿੱਚੋਂ ਲਾਸ਼ਾਂ ਲਿਆਉਂਦੀ ਹੋਵੇ ਗਰੀਬ ਮੁੰਡੇ ਕੁੜੀਆਂ ਜਿਹੜੇ ਵਿਦੇਸ਼ਾਂ ਦੇ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਲਿਆਉਂਦੀ ਹੋਵੇ ਤਾਂ ਪੀਸੀਟੀ ਹਮਿਊਨਿਟੀ ਹਮੇਸ਼ਾ ਹੀ ਜਿਹੜਾ ਉਹ ਕੰਦੇ ਨਾਲ ਕੰਦਾ ਜੋੜ ਕੇ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਜਿਹੜਾ ਉਹ ਖੜੇਗੀ ਤਾਂ ਲੋਕ ਇੱਥੇ ਆਏ ਨੇ ਔਰ ਵਾਰਤਾਲਾਪ ਕੀਤੀ ਹੈ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਤਾਂ ਯਕੀਨ ਜਿਹੜਾ ਪੀਸੀਟੀ ਕਮਿਊਨਿਟੀ ਦੇ ਫਾਊਂਡਰ ਵੱਲੋਂ ਜਿਹੜਾ ਉਹ ਦਿੱਤਾ ਗਿਆ ਹੈ ਕਿ ਹਮੇਸ਼ਾ ਹੀ ਹਰ ਜਾਤ ਪਾਤ ਦਾ ਸਤਿਕਾਰ ਜਿਹੜਾ ਉਹ ਕੀਤਾ ਜਾਵੇਗਾ ਤਾਂ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਸਾਂਝੀਆਂ ਕਰਦੇ ਰਵਾਂਗੇ ਆਪਣੇ ਸਹਿਯੋਗੀ ਰਾਜਨ ਰੰਦਾਵਾ ਦੇ ਨਾਲ ਮਹਾਰਾਜੇ ਸ਼ਲੂਨਾ ਕੇਆਟੀ ਨਿਊਜ਼ ਦਿਨਾਨਗਰ